ਅੰਮ੍ਰਿਤਸਰ ਸਾਂਝਾ ਪੰਜਾਬ ਟੀਵੀ ਦੀ ਮੈਂ ਰਿਪੋਰਟਰ ਮਨਪ੍ਰੀਤ। ਤੁਹਾਨੂੰ ਪਤਾ ਹੈ ਕਿ ਸਾਡਾ ਸਾਂਝਾ ਪੰਜਾਬ ਚੈਨਲ ਟੀਵੀ 5 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਹ ਚੈਨਲ ਖਾਸ ਕਰਕੇ ਗਰੀਬਾਂ ਲਈ ਚਲਾਇਆ ਗਿਆ ਹੈ। ਜਿਹੜੀ ਵੀ ਖਬਰ ਹੋਵੇ ਛੋਟੀ ਜਾਂ ਵੱਡੀ ਤੁਸੀਂ ਇਸ ਚੈਨਲ ਨੂੰ ਦੇ ਸਕਦੇ ਹੋ। ਥੈਂਕ ਯੂ। ਖੰਡੇ ਦੇ ਆਏ ਆ, ਖੰਡਾ ਦੇ ਪਤਾ ਲੱਗਿਆ ਤਾਂ ਝਗੜਾ ਹੋਇਆ ਹੈਗਾ, ਮਗਰ ਉਹਦਾ ਕੋਈ ਕਸੂਰ ਨਹੀਂ ਹੈਗਾ। ਮਗਰ ਇਹ ਕੁੱਟਦੇ ਰਹੇ, ਉਹ ਆਂਢੀ ਗੁਆਂਢੀ ਡਰਦੇ ਰਹਿੰਦੇ ਆ, ਇੱਕ ਦੁਕਾਨ ਤੋਂ ਇੱਕ ਦੂਜਾ ਸੌਦਾ ਲੈ ਜਾਂਦਾ ਜਾਂ ਉਹਨੂੰ ਕਹਿੰਦੇ ਇੱਧਰ ਆਇਆ ਇੱਧਰ ਆਇਆ, ਮਗਰ ਤੁਸੀਂ ਖੁਦ ਵੇਖਦੇ ਪਏ ਹੋ ਇੱਥੇ ਹਰ ਵਾਰੀ ਇੰਨੀ ਝਗੜੇ ਹੁੰਦੇ ਆ। ਇੱਕ ਦੋ ਤਿੰਨ ਵਾਰੀ ਝਗੜੇ ਹੋ ਗਏ, ਇਹਨਾਂ ਪਿਆਰ ਨਾਲ ਹੀ ਸਮਝਾਇਆ, ਮਗਰ ਜੀ ਰਾਤੀ ਝਗੜਾ ਵਧਿਆ ਤੇ ਇਹਨਾਂ ਥਾਣੇ ਰਿਪੋਰਟ ਕਰਾਤੀ ਹੈ। ਮਗਰ ਜੀ ਅੱਜ ਉਹ ਘਰ ਬੁਲਾਇਆ ਨਾ ਪੁੱਛਦਾ ਨੇ, ਉੱਥੇ ਗਏ ਨੇ, ਉੱਥੇ ਕਹਿੰਦੇ ਸਾਡਾ ਆਪਾਂ ਨੇ ਕੋਈ ਕਰਨੀ ਸੁਲਾ ਸਾਲੇ ਅਤੇ ਆ ਗਏ ਆ। ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਦੇ ਮੁੰਡੇ ਦਾ ਰਾਜੂ ਦੇ ਕੀ ਗੱਲ ਹੋਈ ਹੈ, ਕੀ ਮੁਸ਼ਕਲ ਆ ਰਹੀ ਹੈ? ਗਲੀ ਨੰਬਰ 6 ਖੰਡ ਵਾਲਾ ਛਿਆਡਾ। ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ? ਮੈਡਮ ਮੁਸ਼ਕਲ ਆਹੀ ਆਉਂਦੀ ਹੈ, ਆਹ ਸਾਡੀ ਦੁਕਾਨ ਹੈਗੀ ਪੁਰਾਣੀ, ਹਨ ਨਵੀਂ ਦੁਕਾਨ ਖੋਲ੍ਹੀ ਹੋਈ ਹੈ, ਗਾਗਾਂ ਨੂੰ ਆਵਾਜ਼ਾਂ ਮਾਰਦੇ ਆ, ਨਾਲ ਕੀਰਾ ਨਾਮ ਗਾਲਾਂ ਕੱਢਦੇ ਗੰਦੀਆਂ ਗੰਦੀਆਂ, ਘਰੋਂ ਕੋਈ ਲੰਘੀ ਹੈ ਅਤੇ ਗਾਲਾਂ ਕੱਢਦੇ ਆ, ਨਾਲ ਉੱਥੇ ਕੀਰਾ ਨਾਮ ਕੀ ਪੈਂਦੇ ਆ, ਮਾਰਨ ਦੀ ਕੋਸ਼ਿਸ਼ ਕਰਦੇ ਆ। ਕੱਲ੍ਹ ਵੀ ਸਰ ਆਹੀ ਗੱਲ ਹੋਈ ਕਿ ਇਹਦਾ ਨਾਮ ਮੈਂ ਦੁਕਾਨ 'ਤੇ ਬੈਠਾ ਸੀ, ਇਹਦਾ ਘਰਾ ਘਰ ਬਣਾਇਆ ਘੁੰਮਦਾ, ਉਹਨੂੰ ਸਰ ਆਹੀ ਮੇਰੇ ਕਾਨ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਵੱਜੀ ਨਹੀਂ। ਸਰ ਨਾਲ ਕੀ ਇਹਦਾ ਨਾਮ ਇਹਦੀ ਇਹਨਾਂ ਦੀ ਕੁੜੀ ਦਾ ਨਾਮ ਪੀਸੀ ਹੈਗਾ, ਉਹ ਵੀ ਮੈਡਮ ਕੀ ਇਹਦਾ ਨਾਮ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਚੌਂਕੀ ਜਾ ਕੇ ਰਿਪੋਰਟ ਕਰਵਾਤੀ, ਸਾਡੇ ਆਹ ਕੀਤਾ ਉਹ ਦਿੱਤਾ, ਆਪਾਂ ਕੁਛ ਨਹੀਂ ਅੱਜ ਉਹਨਾਂ ਨੇ ਆਹੀ ਕਿਹਾ, ਕਹਿੰਦਾ ਕਰਨ ਤੁਹਾਨੂੰ ਕੁਛ ਕਹਿਣਗੇ ਕਿ ਇੱਥੇ ਆ ਜਾਓ ਫਿਰ ਆਪਾਂ ਵੇਖ ਲਾਂਗੇ। ਮੇਰੇ ਘਰਦਿਆਂ ਨੂੰ ਕੁਛ ਹੋ ਗਿਆ, ਜਿਵੇਂ ਜ਼ਿੰਮੇਦਾਰ ਇਹ ਹੋ ਗਏ ਸੋਨੂੰ ਟਿਮਸੀ ਢੁੱਲਾ, ਜੇ ਸਾਰਿਆਂ ਨੇ ਮੈਨੂੰ ਕੁਛ ਕੀਤਾ ਜ਼ਿੰਮੇਦਾਰ ਇਹ ਸਾਰੇ ਹੋਣਗੇ। ਕੰਪਿਊਟਰ ਨੂੰ ਕਰਦੇ ਆ, ਘਰੋਂ ਕਹਿੰਦੇ ਆ ਜੂੜਾ ਪੁੱਟਣਾ, ਜੂੜਾ ਪੁੱਟਣਾ ਵਾਰ ਖਲੇਰ ਨੇ ਤੁਹਾਡੇ, ਇਸ ਤਰ੍ਹਾਂ ਜੂੜਾ ਪੁੱਟ ਸਕਦੇ ਆ? ਕੇਸ 'ਤੇ ਹੱਥ ਪਾਇਆ, ਜ਼ਿੰਮੇਦਾਰ ਸਾਰੇ ਇਹ ਹੋਣਗੇ, ਘਰੋਂ ਮੈਂ ਕਿਤੇ ਬਾਹਰ ਜਾਵਾਂ ਇੱਧਰ ਮੈਨੂੰ ਕੁਛ ਕਿਹਾ ਜ਼ਿੰਮੇਦਾਰ।